ਇੱਥੇ ਕਹਿੰਦੇ ਨਾ ਵੀ ਗੁਰਬਾਣੀ ਦੇ ਤਵੀਜ਼ ਬਣਾ ਕੇ ਆਪਣੇ ਬੰਨਣੇ ਜਾਂ ਦੂਸਰੇ, ਇਹਦਾ ਕੋਈ ਫਾਇਦਾ ਨਹੀਂ। ਗੁਰਬਾਣੀ ਨੂੰ ਕਦੇ ਵੀ ਤੁਸੀਂ ਇਹੋ ਜਿਹੇ ਤਵੀਜ਼ਾਂ ਤਵੀਜ਼ਾਂ ਦੇ ਵਿੱਚ ਨਾ ਲਿਆਓ। ਗੁਰਬਾਣੀ ਤਾਂ ਵਾਹ ਬਾਣੀ ਨਿਰੰਕਾਰ ਹੈ, ਉਹ ਸਭ ਬਾਣੀ ਨਿਰੰਕਾਰ ਆ, ਉਹਦੇ 'ਤੇ ਅੱਗੇ ਅਰਦਾਸ ਕਰੋ। ਮਗਰ ਤਵੀਜ਼ ਬਣਾ ਕੇ ਬਾਹਰ ਨਿਕਲੋ, ਦੂਸਰੇ ਬਣਾ ਕੇ, ਤਾਂ ਬਾਣੀ ਦਾ ਨਿਆਦਰ ਆ ਬਿਲਕੁਲ। ਉਹਨੂੰ ਤੁਸੀਂ ਉਹਨੂੰ ਤਵੀਜ਼ ਬਣਾ ਦਿੱਤਾ, ਤਵੀਜ਼ ਉਹਨੂੰ ਬੰਦ ਕਰਦਾ ਉਹਦੇ ਵਿੱਚ, ਹਾਂਜੀ ਬਾਣੀ ਤਾਂ ਸਰ ਵਿਆਪੀ ਹੈ। ਤੁਸੀਂ ਬਾਣੀ ਪੜ੍ਹੋ, ਸਭ ਕੁਛ ਕਰੋ, ਪਰ ਤਵੀਜ਼ਾਂ ਤਵੂਜ਼ਾਂ 'ਚ ਨਾ ਪਾਓ। ਤਵੀਜ਼ਾਂ ਤੋਂ ਤਾਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ, ਇਹ ਭੁਲੇਖਾਂ 'ਚੋਂ ਅਸੀਂ ਫਿਰ ਆਪਣੇ ਭੁਲੇਖੇ 'ਚ ਪੈ ਗਏ। ਇੱਕ ਤਾਂ ਇਹ ਨਾ ਕਰੋ, ਦੂਸਰੇ ਬਾਣੀ ਜਿਹੜੀ ਆ, ਜਿੰਨੀ ਬਾਣੀ ਪੜ੍ਹੋ ਉਹਦੇ ਪੜ੍ਹ ਕੇ ਕੋਸ਼ਿਸ਼ ਕਰੋ ਕਿ ਉਹਦੇ ਲਈ ਕੋਈ ਮੰਗੋ ਨਾ। ਬਿਨ ਬੋਲਿਆ ਸਭ ਕੁਛ ਜਾਣਦਾ ਕਿ ਸਾਗੇ ਕਿ ਅਰਦਾਸ ਸੀ। ਅਸੀਂ ਤਾਂ ਵੈਸੇ ਕਿਉਂ ਕਹਿੰਦੇ ਇਹ ਹੋਣਾ ਚਾਹੀਦਾ ਕਿ ਉਹਦੇ ਲਈ ਮੰਗੋ ਨਾ, ਤੁਸੀਂ ਆਪਣੇ ਪਰਸਨਲੀ ਨਾ ਮੰਗੋ। ਹਾਂ, ਕੋਈ ਆ ਕੇ ਅਰਦਾਸ ਕਰਵਾਉਂਦਾ ਤੁਹਾਡਾ, ਉਹਦੀ ਅਰਦਾਸ ਕਰਦਾ, ਦਿਲ ਨਾ ਤੋੜੋ, ਉਹਦੀ ਅਰਦਾਸ ਕਰਕੇ ਉਹਦਾ ਮਹਾਰਾਜ ਅੱਗੇ ਕਰ ਦਿਓ। ਨਾਲ ਹੀ ਤੁਕੇ ਦੇ ਸੋਈ ਕਰਾਏ ਜੋਤ ਪਾਏ ਮੋਹ ਸਿਆਨੂੰ ਕੁਛ ਲਾਏ, ਨਿਭਾਏ ਲਿਓ ਮੈਂ ਪ੍ਰਖਦਾ ਅਤੇ ਹੋਰ ਪਹੁੰਚਾਵੇ। ਵੀ ਮਹਾਰਾਜ ਮੈਂ ਤਾਂ ਅਰਦਾਸ ਕਰ ਦਿੱਤੀ ਆ ਇਹਦੇ ਵਾਸਤੇ, ਪਰ ਕਰਨਾ ਤੁਸੀਂ ਆ, ਜੋ ਤੁਸੀਂ ਤੁਹਾਨੂੰ ਹੈ ਉਹੀ ਕਰੋ, ਤੁਸੀਂ ਜੋ ਤੁਹਾਨੂੰ ਪ੍ਰਵਾਨ ਆ ਉਹਦੇ ਨਾਲ ਸਭ ਕੁਛ ਠੀਕ ਹੋ ਜਾਂਦਾ। ਗੁਰਮੁਖ ਆਪਣੇ ਸਰੀਰ ਦੇ ਦੁੱਖ ਹਟਾਉਣ ਵਾਸਤੇ ਕਦੇ ਬਾਣੀ ਨੂੰ ਨਾ ਇੱਕ ਦਵਾਈ ਬੁਲਾਓ। ਸਭ ਤੋਂ ਵੱਡੀ ਬਾਣੀ ਆ, ਤੁਸੀਂ ਆਪ ਹੀ ਜਦੋਂ ਪਾਠ ਕਰੋਗੇ ਨਾ, ਅਤੇ ਪਾਠ ਕਰਨਾ ਤੁਹਾਡੀ ਆਪਣੇ ਦੁੱਖ ਆਪਣੇ ਨਾਲ ਨੱਠ ਜਾਣਗੇ। ਦੁੱਖ ਨੂੰ ਬਾਣੀ ਨੂੰ ਇਸ ਤਰ੍ਹਾਂ ਨਾ ਇਸਤੇਮਾਲ ਕਰੋ ਵੀ ਦੁੱਖਾਂ ਕਰਕੇ, ਦੁੱਖ ਨੂੰ ਸਹਾਰੋ। ਜਿਹੜਾ ਦੁੱਖ ਨੂੰ ਸਹਾਰ ਸਕਦਾ ਉਹ ਗੁਰੂ ਨਾਲ ਮਿਲੇਗਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਬਾਨੇ। ਕਿੰਨੀ ਸੋਹਣੀ ਮਹਾਰਾਜ ਨੇ ਕਿਹਾ, ਦੁੱਖ ਨਾ ਹੀ ਸਭ ਸੁੱਖੀ ਆ ਰਹੇ, ਇੱਕ ਹੀ ਨਹੀਂ ਤੇ ਬੁਰਾ ਨਾ ਹੀ ਸਭ ਭਲਾ ਆ, ਹਾਰ ਨਾ ਹੀ ਸਭ ਜਿੱਤੇ। ਆਪਾਂ ਤਾਂ ਉਹਦੇ ਭਾਣੇ 'ਚ ਰਹਿਣਾ, ਆਪਾਂ ਕਿਉਂ ਆਪਣਾ ਆਪਣੇ ਸਰੀਰ ਲਈ ਆਪਣਾ ਗੁਰਬਾਣੀ ਨੂੰ ਇੱਕ ਇੱਕ ਉਸ ਤਰ੍ਹਾਂ ਮੰਤਰ ਬਣਾ ਦਈਏ ਪੜ੍ਹਨ ਵਾਸਤੇ। ਗੁਰਬਾਣੀ ਤਾਂ ਆਪਣੇ ਸਾਡੇ ਕਾਮ ਕਰੋ ਲੋਮਾ ਘਾਰ ਨੂੰ ਧੋਣ ਵਾਸਤੇ ਗੁਰਬਾਣੀ ਪੜ੍ਹੋ, ਇਹ ਅਸਲੀ ਮਹਾਰਾਜ ਨੇ ਦੱਸਿਆ। ਸਰੀਰ 'ਤੇ ਜਿਹੜਾ ਕਸ਼ਟ ਆਉਂਦਾ ਆ ਉਹ ਵੀ ਤੁਹਾਡਾ ਕਸ਼ਟ ਪਰਮਾਤਮਾ ਨੂੰ ਨਾਲ ਜੋੜਦਾ, ਜੇ ਸਮਝੋ ਪੁਰਾਣੇ ਜਿਹੜੇ ਕਸ਼ਟ ਆਉਂਦੇ ਨਾ, ਬਿਮਾਰੀ ਆਉਂਦੀ ਆ, ਸਮਝੋ ਤੁਹਾਡੇ ਕਰਮ ਕੱਟੇ ਜਾ ਰਹੇ ਨੇ, ਬੁਰੇ ਕਰਮ। ਬਿਮਾਰੀ ਜਿਹੜੀ ਆ ਰਹੀ ਆ ਬੁਰੇ ਕਰਮ ਕੱਟਣ ਵਾਸਤੇ ਆ ਰਹੀ ਆ। ਇਹ ਅਗਰ ਇਸ ਤਰ੍ਹਾਂ ਸਿੱਖ ਸਮਝੇ ਕਿ ਮਹਾਰਾਜ ਤਾਨੇ ਹੋ ਸੱਚੇ ਪਾਤਸ਼ਾਹ, ਕੋਈ ਜੋ ਮੈਨੂੰ ਦੱਸਿਆ ਉਹ ਤੁਸੀਂ, ਉਹ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਨਹੀਂ ਵਿਚਾਰੇ, ਸੱਚੇ ਪਾਤਸ਼ਾਹ ਤੇਰਾ ਪਾਣਾ ਆ, ਪਾਣੇ 'ਚ ਰਹੋ। ਅਤੇ ਬਿਮਾਰੀ ਆਉਂਦੀ ਹੈ ਤਦ ਬਿਮਾਰੀ ਮੇਰੇ ਪਾਪ ਕੱਟਣ ਵਾਸਤੇ ਆ ਰਹੀ ਹੈ। ਇਹ ਅਗਰ ਤੁਹਾਡੇ ਅੰਦਰ ਪ੍ਰੇਮ ਆ ਜਾਏ, ਤੁਹਾਡੇ ਗੁਰਮੁਖ ਸਭ ਕੁਛ ਹਟ ਜਾਏਗਾ, ਪਾਪ ਵੀ ਹਟ ਜਾਣਗੇ, ਸਭ ਕੁਛ ਹਟ ਜਾਏਗਾ, ਬਿਮਾਰੀਆਂ ਵੀ ਹਟ ਜਾਣਗੀਆਂ। ਇਹ ਤਾਂ ਗੁਰੂ ਸਾਹਿਬ ਕਹਿੰਦੇ ਨੇ, ਬਾਣੀ ਪੜ੍ਹੋ, ਸਭ ਕੁਛ ਕਰੋ, ਸਭ ਕੁਛ ਤੁਹਾਡਾ ਹਟ ਜਾਏਗਾ, ਦੂਰ ਹੋ ਜਾਏਗਾ। ਪਰ ਇਹਨੂੰ ਬਾਣੀ ਨੂੰ ਮੰਤਰ ਨਾ ਬਣਾ ਦਿਓ, ਅਤੇ ਆਹ ਬਾਣੀ ਬਾਣੀ ਬਿਮਾਰੀ ਆਈ ਤਾਂ ਆਹ ਮੰਤਰ ਬਣਾਓ, ਬਿਮਾਰੀ ਬਿਮਾਰੀ ਆਈ ਮੰਤਰ ਬਣਾਓ, ਉਹ ਫਿਰ ਅਸੀਂ ਉਹਦੇ ਮੰਤਰ ਦੇਵ 'ਚ ਉਹਦੇ ਤਵੀਜ਼ਾਂ ਤਵੀਜ਼ਾਂ 'ਚ ਫਸ ਗਏ, ਜੋ ਕਿਨ ਕਹਿੰਦੇ ਨੇ, ਫਿਰ ਅਸਲੀ ਗੁਰੂ ਸਾਹਿਬ ਦੇ ਰਸਤੇ ਨਹੀਂ ਚੱਲੇ। ਇਹ ਜਿੰਨੇ ਜਿਉਂ ਜਿਉਂ ਮਹਾਂਪੁਰਸ਼ ਉੱਤੇ ਜਾਂਦਾ ਨਾ, ਆਤਮਦਰਸ਼ੀ ਹੁੰਦਾ ਨਾ, ਅਤੇ ਉੱਥੋਂ ਪਾਣੇ 'ਚ ਆਉਂਦਾ ਜਾਂਦਾ। ਗੁਰੂ ਦਾ ਪਾਣਾ ਉਹੀ ਮੰਨਦਾ ਜਿਹੜਾ ਗੁਰੂ ਦੇ ਰਸਤੇ ਚੱਲਦਾ। ਗੁਰੂ ਰਸਤੇ ਚੱਲਣ ਵਾਸਤੇ ਦੁਨਿਆਵੀ ਕੋਈ ਚੀਜ਼ ਨਾ ਮੰਗੋ। ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਸਾਗੇ ਕੀ ਅਰਦਾਸ ਸੀ। ਗੁਰੂ ਸਾਹਿਬ ਆਪ ਹੀ ਤੁਹਾਡੇ ਸਾਰੀ ਬਖਸ਼ਿਸ਼ ਕਰ ਜਾਂਦੇ। ਸੰਜੀ ਮਹਾਰਾਜ ਵੀ ਇਹੋ ਹੀ ਕਹਿੰਦੇ ਸੀ ਵੀ ਅਸੀਂ ਕਿਸੇ ਦੁਨਿਆਵੀ ਚੀਜ਼ ਵਾਸਤੇ ਅਰਦਾਸ ਨਹੀਂ ਕਰਨੀ ਚਾਹੀਦੀ, ਨਾ ਦੇ ਸਰੀਰ ਦੇ ਦੁੱਖ ਵਾਸਤੇ, ਨਾ ਕੋਈ ਹੋਰ ਦੁੱਖ। ਇਹ ਪਈ ਮਹਾਂਪੁਰਸ਼ ਇਸ ਜਿਸਨੇ ਗੁਰਮਤ ਪਾਸੇ ਚੱਲਣਾ, ਦੁਨਿਆਵੀ ਮੈਂ ਨਹੀਂ ਕਹਿੰਦਾ, ਜਿਸਨੇ ਮਾਇਆ ਮੂਹ ਲੈਣੀ ਉਹ ਜਿੰਨੇ ਮਰਜ਼ੀ ਪਾਠ ਕਰਾ, ਜਿੰਨੇ ਮਰਜ਼ੀ ਮੰਦਰ ਜਪੇ ਜਾ ਪਾਠ ਕਰੇ। ਮੈਂ ਤੁਹਾਨੂੰ ਬਹੁਤ ਵੱਡੀ ਸਾਖ ਸੁਣਾਉਣਾ ਕਿ ਸੰਤ ਅਤਰ ਸਿੰਘ ਮਹਾਰਾਜ ਦੇ ਮਾਤਾ 'ਤੇ ਜਦੋਂ ਮਹਾਰਾਜ ਮੁਸਤਾ ਨੇ ਆਉਂਦੇ ਸੀ ਤਾਂ ਉੱਥੇ ਉਹ ਲੈ ਗਏ ਸੀ ਬਿਰਧ, ਅਤੇ ਮਾਤਾ 'ਤੇ ਬੜਾ ਵੱਡਾ ਫੋੜਾ ਚੜ੍ਹ ਗਿਆ ਆਪਣੇ ਪੈਰਾਂ 'ਤੇ। ਉਹ ਕਹਿੰਦਾ ਮਤਲਬ ਜੀਣਾ ਮੁਸ਼ਕਿਲ ਹੋ ਗਿਆ, ਅਤੇ ਸਾਰੇ ਸੇਵਾਦਾਰ ਤਰ੍ਹਾਂ ਤਰ੍ਹਾਂ ਕਰਦੇ ਸੀ, ਸਾਰੇ ਕਰਦੇ ਸੀ, ਕੀ ਕੀਤਾ ਜਾਵੇ ਮਾਤਾ 'ਚ। ਸੰਜੀ ਮਹਾਰਾਜ ਆਏ, ਸੰਜੀ ਮਹਾਰਾਜ ਨੇ ਪਾਉਂਦੀ 'ਤੇ ਬਹਿ ਕੇ ਕਹਿਣ ਲੱਗੇ, ਮਾਤਾ ਜੀ ਇਸ ਨੂੰ ਦੁੱਖ ਨਹੀਂ ਮੰਨਣਾ, ਜੇ ਸਹਾਰ ਲਓਗੇ
ज्यो जो नर दुख में दुख नहीं माने, सुख सने यार पैर जाए कंचन माटी माने, जे तुम सहार लोगे इदू तो फिर तुम सारा जन्म गण कटा जाएगा। इस दुख न फोड़े दुख न सहार लोगे थोड़ा जन्म कटा जाएगा। वचन मान ले उन्होंने, वचन माने संत जी महाराज कहते कि मैं गया महाराज माता जी के अखीर से सी तो कहते मैं गया कि माता जी तुम बड़ी तकलीफ, कहते मेरे तो कोई तकलीफ है नहीं, मैंने तो परमात्मा मैंने तो शब्द ना जुड़ी है, मैंने तो तकलीफ ही तकलीफ होंगी है। जो मन थोड़ा दुनिया ना जुड़िया तुम तकलीफ होंगी है, जो थोड़ा परमात्मा जुड़ता मन उदा परमात्मा कोई दुख सुख है नहीं, उस ना ही बीमारी आ ना दुख है ना भुख है, वो ना मन जो जुड़ना तुम भावें शरीर भावें तत्ती तो लोह से बैठे हुए थे उन्होंने सेक नहीं से लगता गुरु अर अर्जन देव जी ने। तो ये तो यह मन की गल सारी है कमजोरी, मन तगड़ा हो बीमारियां बुमारियां एवें ने बीमारियां हट जाने। और माता जी ने बचन कमा के पाना मन के संत जी महाराज कहा कि संत जी महाराज ने फिर जो माता चढ़ाई कर गई तो उन्होंने कहा भाई जो संस्कार कर जाएंगे तो संत जी महाराज कहते संत असं संत अतर सिंह महाराज महाराज जी मैनू समझ लगी है कि माता जी बधे मुक्त होकर जी गए ने अपने देह दे विच ही मुक्ति पा के गए ने। तो संत जी महाराज ने अगर संत जी मैं कहा हाँ भाई क्योंकि बचन मनिया सी मेरा, मैं जो उन्हें दस्या गुरबत वचन जो ना दुख में दुख नहीं सुख एनू सहार दुख नहीं मनना मन लिया तो इस करके सारे पाप कट्टे गए। हुण यह एक बहुत वड्डी फिलासफी है जिहड़ी दुनिया नूं नहीं समझ लगी, दुख साढ़े ते आंदा सहारी है, शुक्र करिए महाराज सच्चे पातशाह साढ़े पाप कट्टना है उस क्योंकि जदों असीं शरीर नाल जुड़िया उदों सानूं तुसीं अगर मैं हुण तुहानूं छोटी जिही मिसाल दसदा मैनूं बड़ा छोटे छोटे होंद बड़ा विराग हों से संत जी महाराज उस संत जी महाराज हो गई थी। मैं उदों एम एस सी पढ़ता जहाँ मैं एक बार तरन तारण गया परिक्रम उ मत्था टेकन वास्ते, जून महीने का दोपहर का वक्त सी ते मैं कि कहने उस परिक्रमा करनी सी जिसले पैर रखिया तो मेरा पैर सड़ लग पे दूसरा पैर है सड़ लग पाया। उस वेले मेरा ध्यान गुरु नानक वाल गुरु गोबिंद सिंह वाल चल गया तो मैं उस शब्दों का जाप कर लग पाया, शब्दों का जाप कर लग पाया। तो जब जाप करता तो मैं मैनू गर्मी ना लगे, मैं एक्चुअली हाथ ला के देखा कि ठंड ठंडी हो गया परिक्रमा, मेरा हाथ ना सड़े। मैं बड़ा अपने आप खुश हो गया कि दस जी करतार ने मेरे लिए परिक्रमा ठंडिया करती हैं, भुलेखे च मैं पै गया। मैं आ गए मत्था टेके तो फिर गां संत जसी महाराज जो तो मिलया तो मैं दसा महाराज है कि यह कौतक वरत्या कि मैं शब्दों का जाप करता सी ते पहले तो गर्म लगियाँ बहुत पैर नहीं रखा जाता तो शब्दों जाप कर लग पाया ध्यान प्रेम ना करता तो बाद जाप ध्यान गया तो अपन गर्मी ना लगे। मैं समझा परिक्रमा ठंडी हो गई ने तो महाराज ने संत जी महाराज कहा बहुत मेरा शंका दूर कहते भोलिया परिक्रमा नहीं ठंडिया हुई तेरा मन ठंडा हो गया तेरे मन के शब्द भर गया तेनों गर्मी नहीं लगी तो दुख नहीं जो ना दुख में दुख ही नहीं लगता उन्होंने क्योंकि जो सुरत करतार से लग जाए तुहाड़े शब्द से लग जाए तो उसनों शरीर भुल जाता उस शरीर में फिर जो दुख जरा दुख दुख द दुख भुख सारी नहीं लगती सारी मन की बस है। जो मन थोड़ा दुनिया च लग गया तो दुख है, जो मन थोड़ा शब्द गुरु च लग गया तो दुख दुख भुल जाता दुख नहीं लगता। इस करके ए, एक मन दी अवस्था ने जो मन की अवस्था चंगी हो जाए तो गुरमुख हो जाए कौतक दे।